ਪੰਜਾਬ ਦੇ ਵਿੱਚ ਅੰਜੀਰ ਕਿੰਨੇ ਪ੍ਰਕਾਰ ਦੀ ਹੈ ਤੇ ਕਿਵੇਂ ਹੋ ਸਕਦੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸਿਮਰਨ ਸਿੰਘ ਧਨੋਆ ਨੈਚੁਰਲ ਫਾਰਮ ਤੋਂ। ਬਾਈ, ਅੱਜ ਗੱਲ ਕਰਾਂਗੇ ਜੀ ਆਪਾਂ ਅੰਜੀਰ ਦੇ ਬਾਰੇ। ਅੰਜੀਰ ਦਾ ਰੁੱਖ ਜਿਹੜਾ ਪੰਜਾਬ ਦੇ ਵਿੱਚ ਕਿਵੇਂ ਹੋ ਸਕਦਾ, ਕਿੰਨੇ ਪ੍ਰਕਾਰ ਦਾ ਹੁੰਦਾ ਤੇ ਇਹਦਾ ਫਲ ਕਿੱਦਾਂ ਯੂਜ਼ ਕਰ ਸਕਦੇ ਹਾਂ, ਕਿੰਨਾ ਕੁ ਫਲ ਹੋ ਜਾਂਦਾ ਇੱਕ ਰੁੱਖ ਤੋਂ। ਵੀਰ ਜੀ, ਜਿਹੜੀ ਆਹ ਬੂਟੇ ਅੰਜੀਰ ਦੇ ਕੋਲ ਖੜੇ ਹਾਂ ਜੀ ਆਪਾਂ, ਇਹ ਯੈਲੋ ਫਿਗ ਆ, ਪੀਲੇ ਰੰਗ ਦੀ ਅੰਜੀਰ ਆ। ਇਹਨੂੰ ਤੁਸੀਂ ਆਹ ਦੇਖੋ ਲੱਗੇ ਹੋਏ ਅੰਜੀਰ ਦੇਖ ਸਕਦੇ ਹੋ, ਤੇ ਆਹ ਦੇਖੋ ਜੀ, ਇਹਦਾ ਬਹੁਤ ਵੱਡਾ ਸਾਈਜ਼ ਹੁੰਦਾ। 100 ਗ੍ਰਾਮ ਦਾ ਇੱਕ ਦਾਣਾ ਹੁੰਦਾ, ਜਿਹੜਾ ਇੱਕ ਅੰਜੀਰ ਦਾ ਦਾਣਾ ਜੀ ਉਹ ਲਗਭਗ 100 ਗ੍ਰਾਮ ਦਾ। ਤੇ ਆਹ ਦੇਖ ਸਕਦੇ ਹੋ ਸਾਰੇ ਤੁਸੀਂ ਬੂਟੇ ਦੇ ਉੱਤੇ ਕਾਫੀ ਅੰਜੀਰ ਲੱਗ ਚੁੱਕੇ ਆ ਜੀ, ਤੇ ਪੱਕਣ ਨੂੰ ਵੀ ਤਿਆਰ ਆ ਜੀ ਇਹ। ਹੁਣ ਆਹ ਦੇਖੋ ਜੀ, ਲਗਭਗ 100 ਗ੍ਰਾਮ ਦਾ ਅੰਜੀਰ ਆ ਜੀ ਇਹ। ਹਰ ਜਿਹੜਾ ਅੰਜੀਰ ਦਾ ਇੱਕ ਇੱਕ ਬੂਟਾ ਉਹ 100-100 ਗ੍ਰਾਮ ਦਾ ਲਗਭਗ ਆ ਜੀ। ਤੇ ਆਹ ਦੇਖੋ ਜੀ, ਇਹ ਵੀ ਤੁਸੀਂ ਦੇਖ ਸਕਦੇ ਹੋ ਹੁਣ ਪੀਲਾ ਰੰਗ ਤੇ ਪੱਕਣ ਨੂੰ ਤਿਆਰ ਆ ਜੀ ਇਹ। ਇਹਦੇ 'ਚ ਜਿਹੜੇ ਗੁਣ ਨੇ ਜੀ, ਇਹਦੇ ਗੁਣ ਇੰਨੇ ਜ਼ਿਆਦਾ ਨੇ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਉਹਨਾਂ ਗੁਣਾਂ ਬਾਰੇ ਗੱਲ ਨਹੀਂ ਕਰ ਸਕਦੇ। ਇਸ ਰੁੱਖ ਦੇ ਜਿਹੜਾ ਫਲ ਆ, ਇਹ ਇੱਕ ਡਰਾਈ ਫਾਰਮ ਦੇ ਵਿੱਚ ਵੀ ਆਪਾਂ ਆਮ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ। ਡਰਾਈ ਫਾਰਮ ਦੇ ਵਿੱਚ ਜਦੋਂ ਯੂਜ਼ ਕਰਦੇ ਹਾਂ ਆਪਾਂ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਅਤੇ ਫਿਰ ਆਪਾਂ ਯੂਜ਼ ਕਰਦੇ ਹਾਂ, ਪਰ ਆਪਣੀ ਧਰਤੀ ਦੇ ਵਿੱਚ ਇੰਨੀ ਵਧੀਆ ਆਪਸ਼ਨ ਆਪਾਂ ਨੇ ਰੱਬ ਨੇ ਆਪਾਂ ਨੂੰ ਦਿੱਤੀ ਆ ਵੀ ਆਪਾਂ ਇਹਨੂੰ ਆਪਣੇ ਘਰ ਦੇ ਵਿੱਚ ਗਮਲੇ ਦੇ ਵਿੱਚ ਵੀ ਪੈਦਾ ਕਰ ਸਕਦੇ ਹਾਂ ਅਤੇ ਇਹਨੂੰ ਆਪਣੀ ਜ਼ਮੀਨ ਦੇ ਵਿੱਚ ਖੇਤ ਦੇ ਵਿੱਚ ਵੀ ਪੈਦਾ ਕਰ ਸਕਦੇ ਹਾਂ। ਜ਼ਮੀਨ ਦੇ ਵਿੱਚ ਪੈਦਾ ਕਰਕੇ ਜੀ ਆਪਾਂ ਇਹਨੂੰ ਤਾਜ਼ਾ ਖਾਓ, ਸਭ ਤੋਂ ਵਧੀਆ ਤਰੀਕਾ। ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਅੰਜੀਰ ਲੈ ਕੇ ਆਉਂਦੇ ਹਾਂ ਉਹ ਡਰਾਈ ਫਾਰਮ ਦੇ ਵਿੱਚ ਆਪਾਂ ਨੂੰ ਮਾਲਾ ਦੇ ਰੂਪ ਦੇ ਵਿੱਚ ਦਿੰਦੇ ਨੇ। ਉਹ ਕਹਿੰਦੇ ਆ ਵੀ 1-2 ਅੰਜੀਰ ਦੇ ਦਾਣੇ ਆਪਾਂ ਹਰ ਰੋਜ਼ ਖਾਈਏ ਅਤੇ ਪਾਣੀ ਦੇ ਵਿੱਚ ਭਿਉਂ ਕੇ ਉਹਨੂੰ ਸਵੇਰੇ ਖਾਈਏ। ਜਦੋਂ ਇਹ ਅੰਜੀਰ ਲੱਗ ਜਾਂਦਾ ਜੀ, ਇਹ ਅੰਜੀਰ ਇੰਨਾ ਵਧੀਆ ਹੁੰਦਾ ਵੀ ਇੰਨਾ ਕੁ ਮਿੱਠਾ ਅਤੇ ਇੰਨਾ ਵਧੀਆ ਹੁੰਦਾ ਵੀ ਆਪਾਂ ਹਰ ਟਾਈਮ ਇਹਨੂੰ ਆਪਣੇ ਲਈ ਯੂਜ਼ ਕਰ ਸਕਦੇ ਹਾਂ ਅਤੇ ਖਾ ਸਕਦੇ ਹਾਂ। ਜਦੋਂ ਪੱਕਿਆ ਹੋਇਆ ਖਾਂਦੇ ਹਾਂ ਅਤੇ ਇਹ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠਾ ਹੁੰਦਾ। ਮੈਂ ਤੁਹਾਨੂੰ ਦਿਖਾਉਣਾ ਜੀ, ਆਹ ਦੇਖੋ ਜਦੋਂ ਹੁਣ ਆਪਾਂ ਤੋੜਦੇ ਹਾਂ ਜੀ, ਇੱਕ ਤਾਂ ਇਹਦੇ 'ਚ ਆ ਦੁੱਧ ਨਿਕਲਦਾ, ਇਹ ਦੂਜਾ ਦੇਖੋ ਜੀ, ਆਹ ਦੇਖੋ ਜੀ, ਬਹੁਤ ਵਧੀਆ ਫਲ ਆ ਜੀ ਇਹ। ਅਤੇ ਹਰ ਬੰਦੇ ਨੂੰ ਅਤੇ ਹਰ ਉਮਰ ਦੇ ਵਿੱਚ ਇਹਨੂੰ ਖਾਣਾ ਚਾਹੀਦਾ, ਆਪਣੀ ਸਿਹਤ ਦੇ ਲਈ ਬਹੁਤ ਵਧੀਆ ਬੈਨੀਫਿਸ਼ਲ ਆ ਇਹ। ਇਹਨਾਂ ਦੇ ਜੇ ਆਪਾਂ ਗੱਲ ਕਰੀਏ ਵੀ ਇਹ ਕਿੰਨੇ ਪ੍ਰਕਾਰ ਦੀ ਆ, ਲਗਭਗ ਪੰਜਾਬ ਦੇ ਵਿੱਚ 4 ਤੋਂ 5 ਨਸਲਾਂ ਇਹਦੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ। ਜਿਵੇਂ ਇਹ ਯੈਲੋ ਫਿਗ ਹੋ ਗਿਆ, ਬਰਾਊਨ ਟਰਕੀ ਹੋ ਗਿਆ, ਬ੍ਰਾਜ਼ੀਲੀਅਨ ਪਿੰਕ ਹੋ ਗਿਆ, ਡਾਇਮੰਡ ਹੋ ਗਈ, ਇਹ 3-4 ਕਾਮਨ ਜਿਹੜੀਆਂ ਹੈਗੀਆਂ ਅੰਜੀਰ ਦੀਆਂ ਵਰਾਇਟੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਸਾਰੀਆਂ ਤਕਰੀਬਨ ਆਪਣੇ ਬਹੁਤ ਵਧੀਆ ਹੁੰਦੀਆਂ ਨੇ। ਹੁਣ ਇਹ ਯੈਲੋ ਫਿਗ, ਹੁਣ ਆਪਾਂ ਜਿਹੜੀ ਦੂਸਰੇ ਦਰਖਤ ਕੋਲ ਜਾਵਾਂਗੇ ਜੀ, ਉਹ ਬਰਾਊਨ ਟਰਕੀ ਆ, ਉਹ ਪੰਜਾਬ ਦੇ ਵਿੱਚ ਕਾਮਨਲੀ ਦਰਖਤ ਪਾਏ ਜਾਂਦੇ ਨੇ। ਅਤੇ ਇਹ ਜਿਹੜੇ ਯੈਲੋ ਫਿਗ ਆ ਜਾਂ ਆਪਣੀ ਹੈਗੀ ਆ ਜੀ ਬਰਾਊਨ ਟਰਕੀ, ਬਰਾਊਨ ਟਰਕੀ ਦਾ ਦਰਖਤ ਬਹੁਤ ਵੱਡਾ ਬਣ ਜਾਂਦਾ, ਯੈਲੋ ਫਿਗ ਦਾ ਛੋਟਾ ਬਣਦਾ, ਜਿਹੜੀ ਆਪਣੀ ਬ੍ਰਾਜ਼ੀਲੀਅਨ ਪਿੰਕ ਆ ਅਤੇ ਡਾਇਮੰਡ ਆ ਉਹ ਛੋਟੇ ਰਹਿੰਦੇ ਆ ਜੀ। ਉਹ ਵੀ ਤੁਹਾਨੂੰ ਬੂਟੇ ਦਿਖਾਉਣੇ, ਆ ਜਾਓ ਆਪਾਂ ਅੱਗੇ ਚੱਲਦੇ ਹਾਂ ਦੂਸਰੇ ਬੂਟੇ ਕੋਲ। ਇਹ ਦੂਸਰੀ ਜਿਹੜੀ ਅੰਜੀਰ ਦੀ ਗੱਲ ਕਰਦੇ ਸੀ ਆਪਾਂ, ਬਰਾਊਨ ਟਰਕੀ, ਅਤੇ ਇਹਦਾ ਤੁਸੀਂ ਸਾਈਜ਼ ਦੇਖ ਸਕਦੇ ਹੋ ਦਰਖਤ ਦਾ ਕਿੱਡਾ ਵੱਡਾ ਸਾਈਜ਼ ਆ। ਅਤੇ ਇਸ ਸਾਈਜ਼ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਅੰਜੀਰ ਦੇਖਣ ਨੂੰ ਮਿਲਦੇ ਆ, ਪਰ ਹੁਣ ਇਹ ਦਰਖਤ ਤੁਸੀਂ ਦੇਖੋਗੇ ਵੀ ਥੱਲੋਂ ਤਾਂ ਤਣਾ ਇੰਨਾ ਮੋਟਾ ਜੀ ਇਹਦਾ, ਬਹੁਤ ਮੋਟਾ ਤਣਾ, ਅਤੇ ਉੱਤੇ ਜਾ ਕੇ ਛੋਟੀ ਜੀ ਆ। ਇਹਦੇ 'ਚੋਂ ਆਪਾਂ ਬੂਟੇ ਤਿਆਰ ਕਰਨ ਲਈ ਇਹਦੀਆਂ ਕਟਿੰਗਸ ਲੈ ਲੈਂਦੇ ਹਾਂ, ਕਟਿੰਗ ਨਾਲ ਤਿਆਰ ਕਰਕੇ ਇਹ ਆਪਾਂ ਅੱਗੇ ਵਧਾ ਸਕਦੇ ਹਾਂ। ਅਤੇ ਆਹ ਦੇਖੋ ਜੀ, ਹਰ ਥਾਂ ਆਪਾਂ ਇਹਨੂੰ ਕਟਿੰਗ ਕਰਕੇ ਇਹ ਤੋਂ ਬੂਟੇ ਤਿਆਰ ਕਰਦੇ ਹਾਂ। ਹੁਣ ਇਹਦਾ ਜਿੰਨਾ ਵੀ ਫਲ ਸੀ ਉਹ ਤੋਤੇ ਜ਼ਿਆਦਾ ਖਾ ਰਹੇ ਨੇ, ਕਿਉਂਕਿ ਉੱਚਾ ਦਰਖਤ ਆ। ਹੁਣ ਜਿਹੜੇ ਹੋਰ ਨੇ ਜੀ, ਉਹਨਾਂ ਨੂੰ ਛੋਟੇ ਗਮਲਿਆਂ 'ਚ ਰੱਖਣ ਵਾਲੀਆਂ ਜਿਹੜੀਆਂ ਵਰਾਇਟੀਆਂ ਨੇ ਉਹ ਛੋਟੀਆਂ ਨੇ, ਥੋੜੀਆਂ ਜਿਹੀਆਂ ਛੋਟੀਆਂ ਰਹਿੰਦੀਆਂ ਨੇ, ਉਹ ਵੀ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਜੀ। ਆ ਜਾਓ ਆਪਾਂ ਉੱਧਰ ਚੱਲਦੇ ਹਾਂ ਜੀ ਅੱਗੇ ਦੂਸਰੇ ਬੂਟਿਆਂ ਵੱਲ। ਹਾਂਜੀ ਦੋਸਤੋ, ਜਿਹੜੀ ਇਹ ਅੰਜੀਰ ਆ ਜੀ, ਇਹ ਡਾਇਮੰਡ ਆ, ਇਹ ਡਾਇਮੰਡ ਅੰਜੀਰ ਆਪਣੇ ਗਮਲੇ ਦੇ ਵਿੱਚ ਲਾ ਕੇ ਆਪਾਂ ਘਰਾਂ ਦੀਆਂ ਛੱਤਾਂ 'ਤੇ ਰੱਖ ਸਕਦੇ ਹਾਂ, ਔਰ ਬੜੇ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਯੂਟੀਲਾਈਜ਼ ਕਰ ਸਕਦੇ ਹਾਂ। ਇਹ ਆਪਾਂ ਨੂੰ ਪੂਰਾ ਫਲ ਦਊ, ਇਹ ਇਸ ਸਾਲ ਦਾ ਹੀ ਪੌਦਾ, ਜਦੋਂ 1 ਸਾਲ ਦਾ ਪੌਦਾ ਹੋ ਗਿਆ ਤਾਂ ਫਿਰ ਇਹ ਪੂਰਾ ਵਧੀਆ ਫਲ ਦੇਣ ਲੱਗ ਜਾਂਦਾ। ਵੱਡੇ ਗਮਲੇ ਦੇ ਵਿੱਚ ਲਾ ਕੇ ਪੂਰਾ ਫਲ ਹਾਰਵੈਸਟ ਕਰ ਸਕਦੇ ਹਾਂ ਜੀ। ਹਾਂਜੀ ਦੋਸਤੋ, ਹੁਣ ਜਿਹੜੇ ਬੂਟੇ ਕੋਲ ਖੜੇ ਹਾਂ ਜੀ, ਇਹ ਆ ਬ੍ਰਾਜ਼ੀਲੀਅਨ ਪਿੰਕ, ਬ੍ਰਾਜ਼ੀਲੀਅਨ ਪਿੰਕ ਅੰਜੀਰ ਦਾ ਬੂਟਾ ਜੀ। ਇਹਦੇ ਵਿੱਚ ਤੁਸੀਂ ਪਿੰਕ ਦੇਖ ਸਕਦੇ ਹੋ, ਇਹਦੇ ਜਿਹੜੇ ਨੋਡ ਨੇ ਉੱਤੋਂ ਪਿੰਕ ਨੇ ਜੀ, ਨੋਡ ਪਿੰਕ ਹੋਣ ਦੇ ਨਾਲ ਨਾਲ ਇਹਦਾ ਜਿਹੜਾ ਸਾਈਜ਼ ਆ ਇਹ ਲਗਭਗ 1 ਅੰਜੀਰ ਦਾ ਸਾਈਜ਼, ਇਹ ਵੀ 100 ਗ੍ਰਾਮ ਹੁੰਦਾ। ਜਿਹੜੀ ਆਪਣੇ ਵਾਲੀ ਪੰਜਾਬ ਦੀ ਅੰਜੀਰ ਆ ਜੀ ਬਰਾਊਨ ਟਰਕੀ, ਉਹਦੇ ਨਾਲੋਂ ਕਾਫੀ ਵੱਡਾ ਸਾਈਜ਼ ਹੁੰਦਾ ਇਹਦਾ, ਖਾਣ ਨੂੰ ਬਹੁਤ ਮਿੱਠੀ ਹੁੰਦੀ ਹੈ।
ਇਹ ਰਸੀਲੀ ਬਹੁਤ ਹੁੰਦੀ ਆ, ਜਦੋਂ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਤਾਂ ਅੰਦਰ ਇਹਦੇ ਰਸ ਟਪਕਦਾ ਹੁੰਦਾ ਜੀ, ਸ਼ਹਿਦ ਵਾਂਗ ਰਸ ਦਿਖਦਾ ਇਸ ਜਿਹੜੀ ਪਰਟੀਕੂਲਰ ਵੈਰਾਈਟੀ ਦੇ ਵਿੱਚ। ਇਹ ਵੀ ਬਹੁਤ ਵਧੀਆ ਅੰਜੀਰ ਆ। ਇੱਕ ਜਿਹੜੀ ਅੰਜੀਰ ਹੋਰ ਆ ਜੀ, ਉਹ ਡਾਇਮੰਡ ਆ, ਉਹ ਗਮਲਿਆਂ ਦੇ ਵਿੱਚ ਲਾਉਣ ਨੂੰ, ਤੇ ਇਹ ਵੀ ਗਮਲਿਆਂ ਦੇ ਵਿੱਚ ਲਾਉਣ ਨੂੰ ਘਰਾਂ ਦੀਆਂ ਛੱਤਾਂ ਤੇ ਰੱਖ ਕੇ ਆਪਾਂ ਬੜੇ ਵਧੀਆ ਤਰੀਕੇ ਨਾਲ ਇਹਨੂੰ ਹਾਰਵੈਸਟ ਕਰ ਸਕਦੇ ਹਾਂ। ਪਾਣੀ ਦੀ ਘੱਟ ਜ਼ਰੂਰਤ ਆ, ਡਰਾਈਨੈਸ ਜਿੰਨੀ ਹੋਊਗੀ ਉਨਾ ਵਧੀਆ ਫਲ ਆਊਗਾ ਇਹਨੂੰ। ਇੰਨਾ ਨਹੀਂ ਕਿ ਵੀ ਆਪਾਂ ਨੂੰ ਪਾਣੀ ਦੀ ਬਹੁਤ ਕੇਅਰ ਕਰਨੀ ਪਊਗੀ, ਬਹੁਤ ਘੱਟ ਕੇਅਰ ਨਾਲ ਬਹੁਤ ਵਧੀਆ ਫਲ ਦੇ ਸਕਦਾ ਆਪਾਂ ਨੂੰ। ਤੇ ਹਰ ਸਾਲ ਆਪਾਂ ਜਿੰਨਾ ਵੀ ਇਹ ਤੋਂ ਫਲ ਹਾਰਵੈਸਟ ਕਰਕੇ ਆਪਦੇ ਬੱਚਿਆਂ ਨੂੰ ਤੇ ਮਾਂ ਬਾਪ ਨੂੰ ਖਵਾਈਏ ਤੇ ਉਹ ਸਭ ਤੋਂ ਵੱਡੀ ਬੈਨੀਫਿਸ਼ੀਅਲ ਆਪਣੇ ਲਈ ਹੋਊਗਾ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।